ਯਕੀਨ ਕਰ ਮੈਂ ਈਦ ਤੋਂ ਪਹਿਲੇ ਤਾਂ ਵਿਹਲਾ ਫਿਰਨ ਡਿਆ ਵਾਂ। ਤੂੰ ਈਦ ਤੋਂ ਪਹਿਲੇ? ਮੈਂ ਕਹਿੰਦਾ ਵਾ ਯਾਰ ਮੈਨੂੰ ਪਤਾ ਨਹੀਂ ਆ, ਇੱਥੇ ਪ੍ਰੋਪਰਟੀ ਦਾ ਕੰਮ ਕਰਦੇ ਕਰਦੇ ਮੈਂ ਇੱਥੇ ਕਰਜ਼ਈ ਹੋ ਗਿਆ ਪਿਆ। ਮੈਨੂੰ ਯਾਰ ਤਕਰੀਬਨ ਐਸਾ ਪਹਿਲਾ ਕੰਮ ਤੇ ਕੰਮ ਯਾਰ ਲੱਗੇ ਤੇ ਮੈਨੂੰ ਸਮਝ ਨਹੀਂ ਆ ਰਿਹਾ ਕਰਨਾ ਕੀ। ਮੈਂ ਕਰਾਂ ਕੀ ਯਾਰ, ਮੈਂ ਕਿਉਂ ਕਰਾਂ ਯਾਰ। ਭਾਈ ਜੀ ਨੇ ਆ ਕੇ ਸਾਰੀ ਵਿਹੜਾ ਗਰਗ ਕਰਤਾ ਯਾਰ ਮਾਮ ਦਾ ਯਾਰ। ਠੀਕ ਹੈ ਨਹੀਂ ਯਾਰ, ਇਹ ਤਾਂ ਬੰਦਾ ਬਹੁਤ ਕਰੇਗੀ। ਪਰੇਸ਼ਾਨ ਆ ਕੰਮ ਨੂੰ ਅਟਕੇ ਡਿਊਟੀ ਤੇ ਆਹ ਯਾਰ, ਮੈਨੂੰ ਵੀ ਉਹਨੇ ਕਿਹਾ ਮੈਂ ਸਵੇਰ ਸਵੇਰ ਕਰ ਜਾਇਆ ਕਰਨਾ ਵਾਟ ਤੋਂ, ਮੈਂ ਸਵੇਰ 8 ਘੰਟੇ ਡਿਊਟੀ ਪਲੇ ਉਹ ਕਰਨੀ ਆ। ਠੀਕ ਆ, ਤੇ ਫਿਰ ਮੈਂ ਸੋਚਿਆ ਮੈਂ ਕਹੀ ਸ਼ਾਮ ਨੂੰ ਵਾਪਸ ਆਇਆ ਸ਼ਾਮ ਨੂੰ ਆ ਕੇ ਵੀ ਕਰ ਲਾਂਗਾ। ਕਿਹੜਾ ਏ? ਓ ਨੋ 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 ਨਿਸ਼ਾਨਾ। ਸਲਾਮ ਅਲੈਕੁਮ। ਬਾਕੀ ਇਹ ਨਾ ਅੱਲਾ ਦੇ ਆਸਰਾ ਵਾ ਸਾਰਾ ਕੁਛ ਹੀ। ਮੈਂ ਕਿਹਾ ਵਾਲੇਕੁਮ ਸਲਾਮ। ਤੇ ਦੇਖੋ ਹੁਣ ਯਾਰ ਹੁਣ ਡਬਲ ਡਬਲ ਸ਼ਿਫਟਾਂ ਕਰਕੇ ਹੀ ਤੇ ਫੇਰ ਹੀ ਹੁਣ ਕੰਮ ਸ਼ਾਮ ਚੱਲਨੇ ਆ ਗਏ। ਮੈਂ ਕਿਹਾ ਸਲਾਮ ਅਲੈਕੁਮ ਛੱਡ ਦਿੱਤਾ ਸੀਗਾ। ਆਇਓ ਜਮਾ ਸੁਣ ਲਓ, ਸਵੇਰ ਦਾ ਕੋਈ ਗਾਹਕ ਨਹੀਂ ਮੱਥੇ ਲੱਗਾ। ਅਸੀਂ ਤੈਨੂੰ ਬੋਲੇ ਲੱਗਦੇ, ਤੂੰ ਉੱਚੀ ਬਾਣਾ ਮਾਰ ਜਵਾਬ ਨਹੀਂ ਦਿੰਦੇ। ਇੱਧਰ ਪਰਾ ਓਏ, ਚੱਲ ਪਰਾ ਭਾਈ, ਭਲਾ ਹੋਵੇ 100 ਰੁਪਏ। ਤੈਨੂੰ ਇੱਕ ਵਾਰੀ ਕਹਿ ਤਾ ਪਤਾ ਹੋਵੇ ਤੇ ਫਿਰ ਚੱਲ ਜਾ ਤੂੰ। ਭਲਾ ਹੋਵੇ, ਤੂੰ ਨੀਆਂ ਕੱਢ ਕੇ ਆਇਆ ਸਾਂ ਇੱਥੇ। ਕੋਈ ਨਾ ਕੋਈ ਓਏ ਰਿਕਰ ਰਿਕਰ 100 ਰੁਪਏ ਸਾਡੇ ਪੱਲੇ 20 ਰੁਪਏ ਨਹੀਂ ਹੈਗੇ, 100 ਰੁਪਇਆ ਮੰਗ ਲੈਂਦਾ ਵੇ। 100 ਰੁਪਇਆ ਤੇ ਉਹ ਇਹਨਾਂ ਨੂੰ ਉੱਠ ਜਾ, ਪਰੇ ਜਾ ਕੇ ਮੰਗ ਜਾ ਕੇ ਉੱਠ ਜਾ ਜਾ ਕੰਮ ਕਰ ਆਪਣਾ। ਨਹੀਂ ਹੈ ਵੇਖ ਕਿੰਨਾ ਫ੍ਰੀ ਹੋ ਰਿਹਾ ਸਾਡਾ ਨਾ। ਯਾਰ ਕੋਈ ਗੱਲ ਨਹੀਂ, ਅੱਲਾ ਛੱਡ ਕਰੇਗਾ ਇਨਸ਼ਾਅੱਲਾ। ਤੇ ਕੁਝ ਸਾਹਿਬ ਬਸ ਅੱਲਾ ਕੋ ਦੁਆ ਕਰੋ ਏ ਅੱਲਾ ਤਾਲਾ। ਉਹ ਤੂੰ ਚਾਹਨਾ ਕੀ ਆ ਓਏ, 100 ਰੁਪਏ ਚੱਲ ਪਰੇ, 100 ਰੁਪਏ ਸਾਨੂੰ ਫੜਾ ਗਿਆ, 100 ਰੁਪਇਆ 100 ਰੁਪਇਆ ਤੈਨੂੰ ਦੇ 100 ਰੁਪਇਆ ਜਾ ਬਾਹਰ ਜਾ ਕੰਮ ਕਰ ਆਪਣਾ। ਕਿੱਡਾ ਚਿਰ ਇਕੱਠਾ ਹੈਗਾ ਤੂੰ ਮੰਗਣਿਆ, ਤੈਨੂੰ ਸ਼ਰਮ ਨਹੀਂ ਆਉਂਦੀ ਕੋਈ? ਆਪਣੀ ਉਮਰ ਵੇਖ, ਆਪਣਾ ਕੱਦ ਖੜ ਜਗਾਠਾ ਵੇਖ, ਤੂੰ ਆਪਣਾ ਤੈਨੂੰ ਸ਼ਰਮ ਨਹੀਂ ਆਉਂਦੀ? 100 ਰੁਪਇਆ ਦੇ ਉਹ ਤੇ ਸਾਨੂੰ 100 ਪੜਾ ਗਿਆ ਵਾ, ਤੇ 100 ਪੜਾ ਲਈ 100 ਰੁਪਇਆ ਦੇ 100 ਰੁਪਇਆ ਮੈਂ ਸਿਗਰਟ ਪੀ 100 ਰੁਪਇਆ ਦੇ 100 ਰੁਪਇਆ ਸਾਡੇ ਕੋਲ ਇੱਥੇ 20 ਰੁਪਏ ਜੇਬ ਨਹੀਂ, ਜੇਬ 'ਚ ਨਹੀਂ ਹੈ, ਤੈਨੂੰ 100 ਕਿੱਥੋਂ ਦੇ ਦਈਏ? ਆ ਦੇ 20 ਰੁਪਏ ਤੇ ਰੋਲ 100 ਰੁਪਏ ਦੇ ਆ ਸੁਬਾ ਦੇ ਕੁਛ ਹੋ ਦੇ ਰੋ, ਅਸੀਂ ਛੋੜ ਦੇ ਰੋ ਸਾਨੂੰ। ਆ ਸੁਬਾ ਦੇ ਆ 5 ਰੁਪਏ ਇਕੱਠੇ ਸਾਰਾ ਸਾਰੀ ਕਲੋਨੀ 'ਚ ਫਿਰਿਆ, 5 ਰੁਪਏ ਇਕੱਠੇ। ਕੋਈ ਤਾਂ 5 ਨਹੀਂ ਹੈਗੇ ਸਾਡੇ ਕੋਲ, 5 ਨਹੀਂ ਹੈ, ਤੂੰ 5 ਲਈ ਜਾਣਾ ਸਾਨੂੰ ਦੇ ਦੇ। ਆਪਣਾ ਜਗਾਠਾ ਵੇਖ, ਆਪਣਾ ਜਾ ਕੇ ਜਾ ਕਿਤੇ ਬਲਬ ਚੋਰੀ ਕਰਿਆ ਕਰ ਜਾ ਕੇ, ਤੈਨੂੰ ਸ਼ਰਮ ਨਹੀਂ ਆਉਂਦੀ ਹੈ? ਮੈਂ ਚੋਰੀ ਨਹੀਂ ਕਰਦਾ, ਹਲਾਲ ਦੀ ਮੰਗ ਕੇ ਖਾਣਾ। ਕਿਹੜੀ ਹਲਾਲ ਦੀ ਤੇਰੀ ਮੰਗਣ ਵਾਲੀ ਹੈ? ਇਹ ਹਲਾਲ ਦੀ ਮੰਗ ਕੇ ਖਾਣਾ। ਮੈਨੂੰ ਵੀ ਤਾਂ ਸਮਝਾ, ਅਸੀਂ ਵੀ ਇਹ ਕੰਮ ਕਰ ਲਈਏ। ਕੈਸਾ ਬੰਦਾ ਤੂੰ ਪਾਇਆ ਗਿਆ ਸ਼ਖਸ ਤੂੰ, ਘੁੰਮੀ ਦੇ ਕਿੱਦਾਂ ਜਾਂਦਾ ਪਿਆ ਹੈਗਾ ਇਹ? ਕੀ ਲਾਟੂ ਆ, ਤੁਸੀਂ ਨਾ ਮਾੜਾ ਫਕੀਰ ਸਮਝ ਲਿਆ, ਰੋਲਾ ਹੋਰ ਕੋਈ ਨਹੀਂ। ਹੋਰ ਕੀ ਆ? ਹੈਲੋ, ਮੈਂ ਕਿਹਾ 1.5 ਲੱਖ ਰੁਪਇਆ ਭੇਜਤਾ ਜੀ। ਆਹੋ ਬਿਜਲੀ ਦਾ ਬਿੱਲ ਆਇਆ ਸੀਗਾ 1.5 ਲੱਖ ਰੁਪਇਆ। ਇੱਧਰ ਅਸੀਂ 20 ਰੁਪਏ ਦੀਆਂ ਗੱਲਾਂ ਕਰ ਰਹੇ ਨੇ, 1.5 ਲੱਖ ਦੀਆਂ ਗੱਲਾਂ ਕਰੀ ਜਾਂਦਾ ਦੇ। 1.5 ਲੱਖ ਆ ਇੱਕ ਮੰਗਣ ਵਾਲੇ ਕੋਲ ਖਲੋਤਾ ਮੈਂ, ਇਹਨਾਂ ਦੇ ਕੋਲ ਤੇ 5-5 ਰੁਪਏ ਵੀ ਹੈ ਨਹੀਂ, ਕੋਈ ਨਹੀਂ। ਹਾਂ ਮੈਂ ਕਿਹਾ 1.5 ਲੱਖ ਬਿੱਲ ਆ ਗਿਆ ਵਾ, 1.5 ਲੱਖ ਮੈਂ ਤੁਹਾਡੇ ਜਾਇਜ਼ ਕੈਸ਼ ਤੇ ਭੇਜਤਾ ਵਾ, ਆ ਪੁੱਤਰ ਆ ਜਮਾ ਕਰਾ ਦੇ। ਉਹ ਭਾਈ ਤੈਨੂੰ ਕਿਹੜਾ 1.5 ਲੱਖ ਰੁਪਇਆ ਆ ਗਿਆ? ਉਹ ਭਾਈ ਦਰਅਸਲ ਘਰ 4 AC ਲੱਗੇ ਆ ਤੇ ਬੱਚੇ ਮੇਰੇ ਜਿਹੜੇ AC ਚ ਸੌਂਦੇ ਆ। ਯਾਰ ਸਾਡੇ ਘਰ ਦਾ ਪੱਖਾ ਗਏ ਯਾਰ, ਭੱਟੀ ਸਾਹਿਬ ਸਾਡੇ ਘਰ ਦਾ ਪੱਖਾ ਉਹ ਏਦਾਂ ਕੋਈ ਫਿੱਟ ਕਰਦੀ। ਮੈਂ ਕਿਹਾ ਵੀ ਏਦਾਂ ਕਰੋ ਆਪਣੀ ਲੱਤ, ਤੂੰ ਆਪਣੀ ਲੱਤ ਲਵਾ ਲਾ ਇੱਥੋਂ, ਇੱਕ ਮੇਰੇ ਨਾਲ ਚੱਲ, ਤੈਨੂੰ ਮਹੀਨੇ ਦਾ 1 ਲੱਖ ਰੁਪਇਆ ਮੈਂ ਦਿੰਨਾ। 100 ਰੁਪਇਆ ਮਗਰ ਇਹ ਦੇਣ। ਓ ਭਾਈ ਜਾ ਬਾਹਰ ਜਾ ਕੇ ਮੰਗ ਜਾ ਕੇ, 100 ਰੁਪਇਆ ਦੇ, 100 ਰੁਪਇਆ ਦੇ ਤੂੰ, 100 ਰੁਪਇਆ ਦੇ। ਏਡਾ ਤੂੰ ਕਿਤੇ ਰਹਿਣਾ ਨਹੀਂ ਤੂੰ, ਹਾਂ ਪੁੱਤਰ ਏਡਾ ਤੇਰਾ ਜਗਾਠਾ ਵਾ, ਏਡਾ ਤੂੰ ਕਿਤੇ ਫਕੀਰ ਰਹਿਣਾ ਨਹੀਂ। ਆ ਤੂੰ ਤੇਲ ਬਦਲ ਦੇ, ਮੁੰਡਾ ਛਾਮੀ ਚੁੱਕ ਲੈਂਦਾ ਗੱਡੀ ਤੇ ਇੱਕੋ। ਕੋਈ ਖੈਰਤ ਕਾ ਜਾ ਕੇ ਤੂੰ
ਵੱਡੀਆਂ ਗੱਲਾਂ ਕਰੀ ਜਾਂਦਾ ਤੂੰ ਕਿਹੜਾ ਫਕੀਰ ਆ ਗਿਆ ਵੱਖਰਾ ਹੀ ਤੂੰ ਫਕੀਰ ਆ 100 ਰੁਪਿਆ ਦਿਓ ਜੀ ਇਹਨੂੰ 100 ਰੁਪਿਆ ਮੈਂ ਫਕੀਰ ਆ ਉਹ ਭਾਈ ਮੈਂ ਸਿਕਿਉਰਿਟੀ ਨੂੰ ਫੋਨ ਕਰ ਦੇਣਾ ਵਾ ਤੈਨੂੰ ਫਿਰ ਉਹਨੇ ਚੁੱਕ ਲੈਣਾ ਫਿਰ ਤੂੰ ਵੇਖਣਾ ਪਰਾਂ ਹੋਇਆ ਤੇਰੇ ਕੋਲੋਂ ਮੁਸ਼ਕ ਆਉਂਦੀ ਪਰਾਂ ਹੋਇਆ ਮੈਨੂੰ ਕੀ ਭਾਈ ਤੇ ਕੋ ਮੁਸ਼ਕ ਆਉਂਦੀ ਮੈਨੂੰ ਦੇ ਮਾਰੇ ਤੁਸੀਂ ਆ ਮੈਨੂੰ ਬੰਨੀ ਆਈ ਇਹਨਾਂ ਨੇ ਫੜ ਲਿਆ ਪੂਰੀ ਕਾਨੂੰਨੀ ਚੋਂ 5 ਰੁਪਏ ਨੀ ਨਿਕਲੇ ਲੱਖ ਲਾਣੇ ਦਾ ਐਡਾ ਕਰ ਇੱਥੋਂ ਗੱਡੀ ਲੈ ਕੇ ਜਿਹਦਾ ਤੇਲ ਬਦਲਿਆ ਨਾ ਇਹਨੂੰ ਲੈ ਆ ਕਿੰਨੇ ਪੈਸੇ ਟ੍ਰਾਂਸਫਰ ਕੀਤੇ 4 ਕਰੋੜ ਮੈਂ ਚੈੱਕ ਕਰਦਾ 1 ਮਿੰਟ ਖਲੋ ਹੁਣ ਕਾਲ ਤੇ ਰਹਿ ਕਾਲ ਤੇ ਹੈਲੋ ਭਾਈ ਪਰਾ ਆਇਆ ਇੱਧਰ ਨੂੰ ਹੋਇਆ ਮੇਰੀ ਟ੍ਰਾਂਜੈਕਸ਼ਨ ਹੁੰਦੀ ਪਰਾ ਆਇਆ ਕਿਹੜੀ ਤੇਰੀ ਟ੍ਰਾਂਜੈਕਸ਼ਨ ਆ ਓਏ ਮੈਂ 100 ਤੂੰ ਦੇਣਾ ਮੈਂ ਕੋ ਦੇਣਾ ਤੂੰ ਸਾਨੂੰ ਫੜਾ ਕੇ ਆਵਾਂਗੇ ਤੇ ਕੋਈ ਕੁਝ ਸਿਲਸਿਲਾ ਮੈਂ 5000 ਦੀ ਦਿਹਾੜੀ ਲਾ ਕੇ ਜਾਣੀ 4000 ਹੋ ਗਿਆ 4800 ਹੋ ਗਿਆ 100 ਉਹ ਭਾਈ ਮੇਰੀ ਸੁਣ ਗੱਲ ਮੈਨਾ ਉੱਚੀ ਗੱਲ ਤੇ ਗੱਲ ਨੀ ਕਰਨੀ ਮੈਂ ਤੈਨੂੰ ਮਿੰਟ ਤੋਂ ਪਹਿਲੇ ਖਰੀਦਣਾ ਆ ਕਲੋਨੀ ਕਿਸੇ ਕੰਮ ਦੀ ਨਹੀਂ ਆ 4 ਕਲੋਨੀਆਂ ਮੇਰੀਆਂ ਤੇ ਬੈਰੀਆ ਵਿੱਚ 4 ਮਕਾਨ ਆ ਮੇਰੇ ਆਪਣੇ ਜਾਤੀ ਬੈਟਰੀ ਦੀ ਗੱਲ ਕਰ ਰਹੇ ਹੈਲੀਕਾਪਟਰ ਦੀ ਬੈਟਰੀ ਬਦਲ ਲਈ ਆ ਮੈਂ ਦਿਹਾੜੀ ਦਾ ਕਮਾਉਣਾ 10000 ਰੁਪਿਆ ਠੀਕ ਆ ਦਿਹਾੜੀ ਮੇਰੀ 10 ਆੜਦੀ ਅੱਜ ਦੀ ਸਭ ਤੋਂ ਘੱਟ ਦਿਹਾੜੀ ਆ ਜਿਹ ਚ 10000 ਕਮਾਇਆ ਮੈਂ ਤੁਹਾਡਾ ਕੰਮ ਆ ਸਵੇਰ ਤੋਂ ਤੂੰ ਆਪਣੀਆਂ ਬਾਹ ਲਾ ਲੈਣੀ ਤੇਰੀ ਇੱਥੋਂ ਨਾ ਤੇ ਟੁੱਟੀ ਹੋਣੀ ਚਾਹੀਦੀ ਇੱਥੋਂ ਤੇਰੀ ਲੱਤ ਟੁੱਟੀ ਹੋਣੀ ਚਾਹੀਦੀ ਆ ਓਏ ਬੰਦਾ ਵਾ ਕਰ
ਤੂੰ ਸਾਨੂੰ ਪੜਾ ਕੇ ਹਾਂ ਇੱਥੇ ਮੇਲਾ ਲੱਗਾ 100 ਰੁਪਿਆ ਅਸੀਂ ਵੰਡਣ ਦੇ ਤੂੰ ਵੇਖਿਆ ਹੋਵੇ ਕਿ ਭਾਈ ਉਹ ਬੰਦੇ ਵੰਡਣ ਦੇ ਪੈਸੇ 100 ਰੁਪਿਆ ਇੱਥੇ ਸਾਡੇ ਕੋਲ ਆਵੇ 100 ਰੁਪਿਆ ਭਾਈ 100 ਰੁਪਿਆ 100 ਰੁਪਿਆ ਅਸੀਂ 100 ਰੁਪਿਆ ਲੈ ਗਏ ਅਸੀਂ ਜੀ ਸਾਨੂੰ ਆਪਣੇ ਪਤਾ ਨੀ ਕਿੰਨੇ ਦਿਨ ਹੋ ਗਏ 100 ਵੇਖੇ ਨੂੰ 100 ਤੈਨੂੰ ਦੇ ਦਈਏ 100 ਦੀ ਰੋਟੀ ਵਟ ਲਈ ਹੋਈ ਲੈਣਾ ਤੂੰ 100 ਲੈਣਾ ਮੈਂ ਬੈਠਾ ਅੱਜ ਬੈਠਾ ਤੂੰ ਬੈਠਾ ਰਿਹਾ ਫਿਰ ਜੇ ਬੈਠਾ ਵਾ 100 ਰੁਪਿਆ ਅੱਛਾ ਦੇ ਚੱਲ ਬਾਹਰ ਚੱਲ ਬਾਹਰ ਕਰਦਾ ਕੀ ਬੈਠਾ 100 ਦੇਵੇ ਤੈਨੂੰ 100 ਰੁਪਿਆ ਦਿਓ ਜੀ ਤੈਨੂੰ 100 ਕਾਹਦਾ ਦੇ ਦਈਏ ਅਸੀਂ ਜਿੱਥੋਂ ਮਰਜ਼ੀ 100 ਰੁਪਿਆ ਦਿਓ ਜੀ 100 ਦੇ ਦੇ ਤੈਨੂੰ 100 ਦੇ ਦਈਏ ਤੂੰ ਮੇਰੀ ਕੁੱਫੀ ਦਾ ਮੁੰਡਾ ਵਾ ਨਾ ਤੈਨੂੰ 100 ਦੇ ਦਈਏ ਕਰਦਾ ਕੀ ਬੈਠਾ ਭਾਈ ਨਾ ਕੋਈ ਤੁਸੀਂ ਦੇਖਦੇ ਆ ਤਾਰਾ ਕੋਈ ਦਿਲ ਨਹੀਂ ਡੋਲਿਆ ਆਈਫੋਨ ਰੱਖਿਆ ਬਾਬਾ ਨੇ ਐਪ ਮੰਗਣ ਵਾਲਾ ਕਦੀ ਵੇਖਿਆ ਉਹਨੇ ਏਅਰਬਡ ਲਾਏ ਹੋਣ ਲੈਪਟਾਪ ਪਿਆ ਹੋਵੇ ਡਾਇਮੰਡ ਪਾਣੀ ਪੀਂਦਾ ਹੋਵੇ ਵੇਖਿਆ ਕਿਸੇ ਨੇ ਤੇ ਤੈਨੂੰ ਮੰਗਣ ਵਾਲਾ ਕੌਣ ਕਹਿੰਦਾ ਵਾ ਟਿਕਟ ਕੂਟ ਲੱਗਦਾ ਤੂੰ ਤਾਂ ਥੋੜੀ ਯਾਰੇ ਜੀਰਾ ਕੱਢੀ ਇਹਨਾਂ ਤੋਂ ਕਰੀਓ ਗੱਲ ਕਰ ਚੱਲ ਪਰੇ 100 ਰੁਪਿਆ ਦੇ ਤੈਨੂੰ ਜਾ ਕੇ ਇਹ ਦੇ ਨਾ ਤੈਨੂੰ 100 ਰੁਪਿਆ ਦੇ ਨਾ ਓਏ ਚੱਲ ਅੱਲਾ ਤੈਨੂੰ ਬਹੁਤ ਦੇਣਾ ਆ ਤੇਰੇ ਅੱਲਾ ਜਦੋਂ ਮੈਨੂੰ ਜਦੋਂ ਤੈਨੂੰ ਦੇ ਕਰਨਾ ਤੇ ਮੈਨੂੰ ਦੇ ਕਹਿਣਾ ਮੈਂ ਫਿਰ ਤੂੰ ਇੱਥੇ ਤੈਨੂੰ ਵੀ ਦੇ ਦੂੰਗਾ ਤੈਨੂੰ ਫੋਨ ਕਰ ਦੂੰਗਾ ਜਾ ਜਾ ਚੱਲ ਚੱਲ ਓਏ ਖੁਦਾ ਖੁਦਾ ਦੇ ਨਾ ਜਾ ਚੱਲ ਜਾ ਓਏ ਕਿਹੜੇ ਸਾਨੂੰ ਆਪਣੇ ਜੇਬ ਚ ਪਾ ਲੈ ਓਏ ਅਸੀਂ ਆਪਣੇ ਘਰ ਦੇ ਤੰਗ ਆ ਓਏ ਜਾਓ ਕਿਸੇ ਹੋਰ ਦਰ ਤੋਂ ਮੰਗੋ ਇੱਥੇ ਕੁਝ ਨਹੀਂ ਲੱਭਣਾ ਤੁਹਾਨੂੰ ਹਾਂ ਤੂੰ ਤੇ ਬੜਾ ਨੋਟ ਛੱਡਦਾ ਆਨੇ ਉਸ ਰਸਤੇ ਤੋਂ ਇੱਥੋਂ ਕਿਤੋਂ ਨਹੀਂ ਲੱਭਣਾ ਜਾ ਕੇ ਤੈਨੂੰ ਇਹ ਦੇ ਨਾ ਵਰਦਾ ਕੀ ਫਿਰਦਾ 100 ਰੁਪਿਆ ਦੇ ਨਾ ਓਏ ਓ ਚੱਲ ਬਾਹਰ ਓ ਚੱਲ ਓ ਚੱਲ ਇਹਨੂੰ ਬਾਹਰ ਕੱਢ ਆ ਭਾਈ ਕੌਣ ਜਿੰਦਗੀ ਤੋਂ ਤੰਗ ਆਏ ਹੋਏ ਤੰਗ ਆਏ ਹੋਏ ਉਤੋਂ ਆ ਮੰਗਣ ਵਾਲਾ ਦੇਖ ਵੱਖਰਾ ਹੀ ਸਾਨੂੰ ਜਿਵੇਂ ਬੰਬ ਮਾਰਿਆ 100 ਰੁਪਿਆ ਦੇ ਨਾ ਹੈ ਨੀ ਅੱਲਾ ਦੀ ਕਸਮ ਹੈ ਨੀ ਬੰਦੇ ਨੇ ਮੈਂ ਤੈਨੂੰ ਬਾਗੀ ਦੇ ਦੇਣੀ ਹੈ ਨੀ ਖਾਲਾ ਦਾ ਮੁੰਡਾ ਤੂੰ ਕੌਣ ਹੁੰਦਾ ਨਾ ਉਹਨੂੰ ਚੜ ਜਾਂਦੀ ਹੁੰਦੀ ਉਹ ਫਿਰ ਫਾਲਤੂ ਗੱਲਾਂ ਕਰਦਾ ਮੈਨੂੰ ਦੇ ਤੈਨੂੰ 100 ਦੇ ਮੈਂ ਤੈਨੂੰ 1000 ਕਰਕੇ ਦੇ ਦਿੰਦਾ ਤੈਨੂੰ ਕਿਹੜੇ ਦੋ ਬਾਲਾਂ ਦਾ ਚੱਲ ਇਹ ਤੂੰ ਦੇ ਦੋ ਬਾਲਾਂ ਦਾ ਬਾਦਸ਼ਾਹ ਕੰਮ ਕਰ ਜਾ ਕੇ ਤੂੰ ਇੱਕ ਕੰਮ ਕਰ ਤੂੰ ਏਦਾਂ ਡੀਲ ਮਕਾਲ ਤੂੰ ਇਹਨੂੰ ਨਾਲ ਲੈ ਆ ਕੋਠੀਆਂ ਪਾਈਆਂ ਲੈਪਟੋਪ ਲੈ ਲੇ ਬਿਜ਼ਨਸ ਕਰ ਲਿਆ ਆਪਣਾ ਮੇਰਾ 4.5 ਕਰੋੜ ਬੈਂਕ ਦੇ ਵਿੱਚ ਆ ਪਤਾ ਤੁਹਾਨੂੰ ਇਸ ਗੱਲ ਦਾ ਨਿਕਲਿਆ ਨਹੀਂ ਤਰਫ ਨਿਕਲਿਆ 100 ਲੱਤ ਤੋੜ ਲਾ ਤੂੰ ਆਪਣੀ ਸੰਜੇ ਦੱਤ 100 ਰੁਪਿਆ ਦੇ ਤੈਨੂੰ ਦੇ ਉਹ ਮੈਂ 1000 ਪੂਰਾ ਕਰਨਾ ਮੇਰੇ ਨਿਆਣੇ ਰੋਂਦੇ ਪਏ 1000 ਪੂਰਾ ਕਰਨਾ 1000 ਪੂਰਾ ਕਰਨਾ ਹੈਲੋ ਏ ਹੈਲੋ ਹੈਲੋ ਜਾ ਜਾ ਤੇਰੀਆਂ ਮੁੱਛਾਂ ਤੇ ਕੀ ਲੱਗੀਆਂ ਲੁਕੀਆਂ ਕਿੰਨੀਆਂ ਵੱਡੀਆਂ ਵੱਡੀਆਂ ਜਾ ਬੜਾ ਬੰਦੇ ਵਰਗਾ ਮੂੰਹ ਜਾ ਚੱਲ ਬੰਦ
ਮੰਗਣਾ ਸਿਖਾਉਣਾ ਦਾ ਸ਼ੁਕਰ ਆ ਅਸੀਂ ਏਦਾਂ ਕੰਮ ਨੀ ਕਰੀ ਦੇ ਹੁੰਦੇ ਚਲ ਜਾ ਚੋਰੀ ਸੱਤਵੇਂ ਸ਼ਹਿਰ ਤੇ ਛੱਡਣਾ ਸ਼ਾਮੀ ਸੱਤਵੇਂ ਚੁੱਕ ਲੈਣਾ 5000 ਤੇਰੀ ਦਿਹਾੜੀ 5000 ਤੇਰੀ ਦਿਹਾੜੀ ਉੱਥੇ ਬੈਠੇ ਰੋਣ ਨੇ ਸੀਗੇ ਕਿ ਸਾਡੇ ਕੋਲ ਖਾਣ ਨੂੰ ਪੈਸੇ ਹੈ ਨੀ ਰੋਣ ਨੂੰ ਸਿਗਰਟ ਪੀਣ ਨੂੰ ਹੈ ਨੀ ਜੀ ਹੁਣ 5000 ਦਿਹਾੜੀ ਦਿਨਾ ਚਲੋ ਮੇਰੇ ਨਾਲ ਆਓ ਸਵੇਰੇ ਸੱਤਵੇਂ ਸ਼ਹਿਰ ਤੇ ਤੂੰ ਵੀ ਜਾਣਾ ਤੂੰ ਵੀ ਜਾਣਾ ਲੋਕੀ ਚਾਰ ਕਰੋੜ ਮੇਰੇ ਅਕਾਊਂਟ ਚ ਆ ਮੈਂ ਤੁਹਾਨੂੰ ਕਹਿੰਦਾ ਚੁੱਪ ਕਰਕੇ ਮੇਰੇ ਨਾਲ ਚੱਲ ਪੋ ਜਿੰਨੇ ਚੱਲਣਾ ਮੇਰੇ ਨਾਲ ਚੱਲ ਪੋ ਮੈਂ ਤੁਹਾਨੂੰ ਹੁਣ ਲੈਪਟਾਪ ਤੇ ਦਿਖਾ ਕੇ ਹਟਿਆ ਮੇਰੇ ਨਾਲ ਚੱਲ ਪੋ TX ਲਿਖਿਆ ਹੁੰਦਾ ਪਿੱਛੇ ਲੈਂਡ ਕਲੋਜ਼ਰ TX ਪਰਾਡੋ ਉਹ ਆ ਮੇਰੇ ਕੋਲ ਕਹਾਵਤ ਨੀ ਸੁਣੀ ਮੰਗਤਾ ਵਾਂਗੂ ਮੰਗਣਾ ਲਾਂਤੀਆਂ ਦਾ ਕੰਮ ਆ ਮੇਹਰਬਾਨੀ ਨਾਲ ਲਾਇਆ ਜੀ ਅੱਗੇ ਲੱਤ ਵੱਢ ਦੇ ਉਹ ਜਾ ਚੱਲ ਜਾ ਕੇ ਜਾ ਆਪਣਾ ਕੰਮ ਕਰ ਜਾ ਕੇ ਮਿੱਟੀ ਪਾ ਲਈ ਤੂੰ ਕਿਉਂ ਦੇ ਦੀਏ ਤੈਨੂੰ 100 ਸੀ ਸੌ ਨੀ ਨਿਕਲਦਾ ਏਡੀ ਵੱਡੀ ਕੋਠੀ ਪਾ ਲਈ ਪਿੱਛੇ ਤੈਨੂੰ ਕਿਉਂ 100 ਦੀਏ ਸੀ ਜਾਂਦੇ ਤੁਸੀਂ ਉਹ ਮੈਂ ਮਰ ਚੱਲਾਂ ਉਹ 100 ਦੇ ਦੇ ਉਹ ਦੇ ਦੇ 100
ਸਵੇਰੇ 7 ਵਜੇ ਤਿਆਰ ਰਹੀ ਚੱਲ ਬਸ।